ਮੋਹਾਲੀ ਦੇ SSP ਕੁਲਦੀਪ ਸਿੰਘ ਚਾਹਲ ਨੇ ਪੱਤਰਕਾਰ ਵਾਰਤਾ ਕਰ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੇ ਅੰਦਰ ਅਸਮਾਜਿਕ ਤੱਤਵਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦ CIA ਸਟਾਫ ਮੋਹਾਲੀ ਅਤੇ ਪੁਲਿਸ ਸਟੇਸ਼ਨ ਬਲੌਂਗੀ ਦੇ ਜੁਆਇੰਟ ਆਪਰੇਸ਼ਨ ਦੇ ਦੌਰਾਨ ਇੱਕ ਖਤਰਨਾਕ ਸੁਪਾਰੀ ਕਿਲਰ ਗੈਂਗ ਨੂੰ ਹਥਿਆਰਾਂ ਦੇ ਨਾਲ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਨਵੈਸਟੀਗੇਸ਼ਨ ਕੀਤੀ ਹੈ ਕਿ ਅਸੀਂ ਅੱਜ ਟੋਟਲ 3 ਬੰਦੇ ਦੇ ਅਰੈਸਟ ਕੀਤੇ ਜਿਨ੍ਹਾਂ ਨੇ ਮੌਕੇ ਤੇ ਗੋਲੀਆਂ ਚਲਾਈ ਸੀਗੀ। ਜਿਹੜਾ ਵੈਪਨ ਯੂਜ ਹੋਇਆ ਸੀਗਾ, ਜਿਹੜਾ ਬਾਈਕ ਯੂਜ ਹੋਇਆ ਸੀਗਾ, ਉਹ ਅਸੀਂ ਅੱਜ ਰਿਕਵਰ ਕੀਤਾ। ਇਹਦੇ 'ਚ ਨਾ 315 ਬੋਰ ਹੈਗੇ, ਟੋਟਲ 6 ਪਿਸਟਲ ਇਹਨਾਂ ਤੋਂ ਬਰਾਮਦ ਹੋ ਗਏ। 315 ਬੋਰ ਹੈਗੇ, 32 ਬੋਰ ਹੈਗਾ ਅਤੇ 30 ਬੋਰ ਪਿਸਟਲ ਹੈਗਾ। ਇਹਦੇ ਪਿੱਛੇ ਜਿਹੜਾ ਰੀਜਨ ਸੀਗਾ, ਜਿਹੜਾ ਰੋਹਿਤ ਮਦੋਕ ਸੀਗਾ, ਉਹਦੀ ਵਾਈਫ, ਉਹਨੂੰ ਸ਼ੱਕ ਸੀਗਾ ਕਿ ਉਹਦੀ ਵਾਈਫ ਹਰਵਿੰਦਰ ਦੇ ਨਾਲ ਉਹਦਾ ਕੁਛ ਰਿਲੇਸ਼ਨ ਹੈਗਾ। ਉਸ ਚੱਕ ਕੇ ਵਿਆਹ 'ਤੇ ਇਸਨੇ ਇਹ ਮਤਲਬ ਵਾਰਦਾਤ ਕਰਵਾਈ। ਮੋਹਾਲੀ ਤੋਂ ਜਤਿੰਦਰ ਸਭਰਵਾਲ ਦੀ ਰਿਪੋਰਟ, ਚੈਨਲ 2।